हाँ जी, मैं हादल जमाल, तुसीं देख रहे हो बीसीडी पंजाबी। ते लो जी, मैं वीडियो बना के आया तुहाडी नवीं अपडेट है करोना वायरस दे लई। करोना वायरस जिहड़ा है ये तकरीबन दुनिया दे उत्ते 95,000 बंदे तों अफेक्टेड हो गए है, जिहदे विचों 3200 बंदा दुनिया तों 3200 प्लस बंदे मर चुके ने, और तकरीबन 5100 प्लस बंदे जिहड़े ने इस बीमारी चों ठीक हो चुके ने। जिहदे विच जे असीं गल करिए इटली दी, ते इटली फिलहाल चौथे नंबर ते जा रहा है। इटली दे विच हाल दी घड़ी 2502 बंदे जिहड़े ने इफेक्टेड ने करोना वायरस तों, ਅਤੇ ਜਿਹਦੇ ਵਿੱਚ ਜਿਹੜੇ ਦੁਨੀਆ ਜਾ ਚੁੱਕੇ ਨੇ ਉਹ ਤਕਰੀਬਨ 79 ਨੇ, ਅਤੇ 79 ਪਲੱਸ ਨੇ, ਅਤੇ ਜਿਹੜੇ ਬੰਦੇ ਠੀਕ ਹੋ ਚੁੱਕੇ ਨੇ ਇਟਲੀ ਵਿੱਚ 160 ਬੰਦੇ। ਅਤੇ ਅਸੀਂ ਗੱਲ ਕਰਾਂਗੇ ਸਾਰੇ ਕਿਹੜੇ ਰਿਜਿਓਨ ਵਿੱਚ, ਕਿਹੜੇ ਸੂਬੇ ਵਿੱਚ ਕਿੰਨੇ ਕਿੰਨੇ ਬੰਦੇ ਨੇ ਜਿਹੜੇ ਇਫੈਕਟਿਡ ਨੇ। ਕਹਿੰਦੇ ਗਵਰਨਰ ਦੀ ਚੀਜ਼ ਦੇ ਪਰ ਕਿਊਜ਼ੂਰਾ ਦੀ ਸਕੂਲ ਹੈ, ਕਹਿੰਦੇ ਈ ਯੂਨੀਵਰਸਿਟੀ ਦਾ, ਕਹਿੰਦੇ ਗਵਰਨਮੈਂਟ ਨੇ ਡਿਸਾਈਡ ਕੀਤਾ ਕਿ ਬੰਦ ਕਰਨੇ ਨੇ ਸਕੂਲ ਔਰ ਯੂਨੀਵਰਸਿਟੀਜ਼, ਯਾਨੀ ਕਿ ਜਿਹੜੇ ਏਰੀ ਜ਼ਿਆਦਾ ਇਫੈਕਟਿਡ ਨੇ ਉਹਨਾਂ ਦੇ ਵਿੱਚ, ਯਾਨੀ ਕਿ ਇੱਕ ਹਫ਼ਤਾ ਹੋਰ ਅੱਗੇ ਵੱਧ ਸਕਦਾ ਹੈ, ਯਾਨੀ ਕਿ ਅੱਜ ਉਹ ਡਿਸਾਈਡ ਕਰ ਰਹੇ ਨੇ। ਉਸ ਤੋਂ ਇਲਾਵਾ ਜਿਹੜੀ ਕਹਿੰਦੇ ਨੇ ਵੀ ਈ ਬਲੂ ਤੋਂ ਅਪਲੀਮੈਨ ਤੋਂ ਜ਼ੋਨ ਰੋਜ਼ ਨਾਲ ਬਰਗੀ ਬੈਰਗਮ ਮੈਸਕੋ ਬੈਰਗਮ ਦੇ ਰਹੀ ਕੁਝ ਜ਼ੋਨ ਨੇ ਜਿਹੜੇ ਨੇ ਉਹ ਉਹਦਾ ਕੋਸ਼ਿਸ਼ ਕਰਦੇ ਦੇਖਦੇ ਨੇ ਵੀ ਕਿ ਉਹਨੂੰ ਰੈੱਡ ਜ਼ੋਨ ਡਿਕਲੇਅਰ ਕਰਨਗੇ। ਟੂਰਿਜ਼ਮ ਦੇ ਬਿਹਾਫ 'ਤੇ ਇਹ ਪੈਰ ਦੀ ਤਾਦਾ 7 ਮਿਲਿਆਰ ਦੀ ਪਰਾਮਰਸ ਹੋਈ ਮਾਜੋ। ਟੂਰਿਜ਼ਮ ਦੇ ਬਿਹਾਫ 'ਤੇ ਸਿਰਫ ਮਾਰਚ ਤੋਂ ਮੇ ਦੇ ਦੌਰਾਨ ਨੁਕਸਾਨ ਹੋਵੇਗਾ ਇਟਲੀ ਦੇ ਵਿੱਚ 7 ਮਿਲੀਅਨ ਯੂਰੋ ਦਾ। ਇਹ ਬਹੁਤ ਵੱਡੀ ਰਕਮ ਹੈ ਅਤੇ ਬਹੁਤ ਬੜਾ ਨੁਕਸਾਨ ਹੈ, ਕਿਉਂਕਿ ਫਿਲਹਾਲ ਲੋਕਾਂ ਦੇ ਜ਼ਹਿਨਾਂ 'ਚ ਹੋਫੋ ਰਾਸ ਹੋਇਆ, ਕਿਉਂਕਿ ਦੁਨੀਆ ਵਿੱਚ ਚੌਥੇ ਨੰਬਰ 'ਤੇ ਜਾ ਰਿਹਾ ਇਟਲੀ। ਅਤੇ ਇਟਲੀ ਦੇ ਪਲੱਸ ਜਿਹੜਾ ਨਾਪੋਲੀ ਦੇ ਵਿੱਚ ਅੱਗੇ ਜਿਹੜਾ ਇੰਟਰ ਕੱਪ ਸੀ ਇਟਾਲੀਆ ਦੇ ਵਿੱਚ ਹੋਣਾ ਸੀ ਨਾਪੋਲੀ 'ਚ, ਉਹ ਵੀ ਕੈਂਸਲ ਹੁੰਦਾ ਜਾਂ ਪੋਸਟਪੋਨ ਹੁੰਦਾ ਨਜ਼ਰ ਆ ਰਿਹਾ। ਅਤੇ ਹੁਣ ਅਸੀਂ ਗੱਲ ਕਰਾਂਗੇ ਕਿਹੜੇ ਰਿਜਿਓਨ ਵਿੱਚ ਕਿੰਨੇ ਬੰਦੇ ਨੇ, ਜਿਵੇਂ ਕਿ ਸਾਨੂੰ ਨਜ਼ਰ ਆ ਰਿਹਾ ਲੰਬਾ ਦੇ ਵਿੱਚ ਹਾਲ ਦੀ ਘੜੀ ਇਫੈਕਟਿਡ ਜਿਹੜੇ ਬੰਦੇ ਨੇ ਉਹ 1520 ਤਾਦਾਦ ਹੋ ਚੁੱਕੀ ਹੈ। ਮੈਲੀ ਰੋਮਾਨੀਆ ਵਿੱਚ 420, ਵਿਨੇਤੋ 307, ਪਿਓਮੋਨਤੇ 56, ਅਤੇ ਮੈਚ 61, ਕੰਪਾਨੀਆ 3, ਲਿਗੋਰੀਆ 24, ਤੋਸਕਾਨਾ 19, ਲਾਜ਼ੀਓ 14, ਫੋਲੀ ਵਿਨੇਜ਼ੀਆ ਗੁਇਲੀਆ 13, ਓਮਬਰੀਆ 8, ਸ਼ਿਸ਼ਲੀਆ 7, ਪੂਲੀਆ 7, ਅਬਰੇਜ਼ੋ 6। ਅਤੇ ਇਹ ਕੁਛ ਤਿੰਨ ਜਿਹੜਾ ਨਾ ਮਾਰਚ ਤੱਕ ਦੀ ਰਿਪੋਰਟ ਹੈ, ਅਤੇ ਇਹ ਜਿਹੜੀ ਤਾਦਾਦ ਮੁਸਲਸਲ ਵੱਧ ਹੀ ਰਹੀ ਹੈ। ਅਤੇ ਗੌਰਮੈਂਟ ਅੱਛੇ ਤਰੀਕੇ ਨਾਲ ਇਕਦਾਮਾਤ ਕਰ ਰਹੇ ਨੇ ਜਿਹੜੇ ਨੂੰ ਅਸੀਂ ਬਿਹਤਰ ਸਮਝਦੇ ਨੇ, ਅਤੇ ਉਮੀਦ ਹੈ ਇਨਸ਼ਾਅੱਲਾ ਜੇ ਅੱਲਾ ਨੇ ਚਾਹਿਆ ਤਾਂ ਤਾਦਾਦ ਘਟੇਗੀ ਔਰ ਰੋਕਥਾਮ ਹੋਵੇਗੀ ਆਹਿਸਤਾ ਆਹਿਸਤਾ, ਕਿਉਂਕਿ ਇਹ ਜਿਹੜੀ ਤਾਦਾਦ ਇੱਥੇ ਤੋਂ ਨਹੀਂ ਵੱਧ ਕੇ ਆਈ, ਇਹ ਵਧਣੀ ਹੀ ਸੀ, ਐਕਸਪੈਕਟ ਕਰ ਰਹੇ ਸਨ ਕਿ ਇਹ ਵਧਣੀ ਹੈ ਤਾਦਾਦ ਨਹੀਂ। ਅਤੇ ਜੇ ਕੋਈ ਨਵੀਂ ਅਪਡੇਟ ਆਈ ਤਾਂ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗਾ। ਤਦ ਤੱਕ ਲਈ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਰੱਬ ਰਾਖਾ।